ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਰ ਓਵਰਆਲ ਜਿਹੜੀ ਅਨਾਊਂਸਮੈਂਟ ਹੋਈ ਹੈ ਕਿ ਕੈਂਡੀਡੇਟ ਛੇਤੀ ਐਲਾਨੇ ਜਾਣਗੇ ਪਾਰਟੀ ਤੇ? ਦੇਖੋ, ਸਾਡੇ ਸੀਐਮ ਸਾਹਿਬ ਪਹਿਲਾਂ ਵੀ ਅਨਾਊਂਸ ਕਰ ਚੁੱਕੇ ਆ ਤੇ ਸਾਡੀ ਪੂਰੀ ਤਿਆਰੀ ਆ। ਅਸੀਂ ਪੌਣੇ 2 ਸਾਲ ਦੇ ਵਿੱਚ ਜੋ ਅਸੀਂ ਵਾਅਦੇ ਕੀਤੇ ਸੀ ਉਹਨਾਂ 'ਚੋਂ ਬਹੁਤੇ ਵਾਅਦੇ ਪੂਰੇ ਕਰ ਦਿੱਤੇ ਆ ਅਤੇ ਲੋਕ ਵੀ ਪੰਜਾਬ ਦੇ ਤਿਆਰ ਬੈਠੇ ਆ। ਸੋ ਜਿਵੇਂ ਸੀਐਮ ਸਾਹਿਬ ਨੇ ਕਿਹਾ, ਰਿਜ਼ਲਟ ਜਿਹੜੇ ਬਹੁਤ ਵਧੀਆ ਆਵਾਂਗੇ ਪਾਰਟੀ ਤੱਕ। ਤੁਹਾਨੂੰ ਕਿਹਾ ਗਿਆ ਕਿ ਚੋਣ ਲੜੋ, ਤੁਸੀਂ ਤਿਆਰ ਹੋ ਸਰ? ਅਸੀਂ ਤਾਂ ਜੀ ਦੇਖੋ ਪਾਰਟੀ ਦੇ ਸਿਪਾਹੀ ਹਾਂ, 2012 ਤੋਂ ਲੱਗੇ ਹੋਏ ਹਾਂ ਜਦੋਂ ਤੋਂ ਪਾਰਟੀ ਬਣੀ ਆ। ਜਿੱਥੇ ਪਾਰਟੀ ਨੇ ਡਿਊਟੀ ਲਾਈ ਆ ਹਮੇਸ਼ਾ ਜਿਹੜੀ ਹੈ ਉਹ ਨਿਭਾਈ ਆ। ਇਹ ਪਾਰਟੀ ਨੇ ਡਿਸਾਈਡ ਕਰਨਾ ਕਿਹਨੂੰ ਕਿੱਥੋਂ ਜਿਹੜਾ ਮੈਦਾਨ ਜਿੱਤਾ। ਅਕਾਲੀ ਦਲ ਦਾ ਗੱਠਜੋੜ ਹੋ ਰਿਹਾ ਸਰ ਮੁੜ ਕੇ? ਮੈਂ ਉਹ ਕਹਿੰਦੇ ਆ ਨਾ ਵੀ ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ, ਨੰਗੋ ਨੰਗ ਇਕੱਠੇ ਹੋਏ ਖੇਡ ਆਈ ਜਾਣ ਕੇ। ਉਹ ਜਿਹੇ ਜਿਹੇ ਭਾਜਪਾ ਵੀ ਪੰਜਾਬ ਜੀਰੋ ਇਹੋ ਜਿਹਾ ਅਕਾਲੀ ਦਲ ਹੈ, ਦੋਨੋਂ ਇਕੱਠੇ ਉਹਨਾਂ ਨਾਲ ਕੋਈ ਫਰਕ ਜਿਹੜਾ ਪੰਜਾਬ ਨੂੰ ਨਹੀਂ ਪੈਣਾ। ਬਿਲਕੁਲ, ਦੇਖੋ ਸਿੱਧੇ ਤੌਰ 'ਤੇ ਇਹਨਾਂ ਨੇ ਵੱਡਾ ਬਿਆਨ ਦਿੱਤਾ, ਸਿੱਧਾ ਤੰਜ ਕੱਸਿਆ ਇੱਥੇ ਬੀਜੇਪੀ ਅਤੇ ਅਕਾਲੀ ਦਲ ਗੱਠਜੋੜ, ਜਿਸ ਦੇ ਬਾਰੇ ਕਿਹਾ ਜਾ ਰਿਹਾ ਕਿ ਛੇਤੀ ਗੱਠਜੋੜ ਹੋਊਗਾ। ਵੇਖਣ ਵਾਲੀ ਗੱਲ ਰਹੇਗੀ, ਕੈਂਡੀਡੇਟ ਐਲਾਨਣ ਦਾ ਇੱਥੋਂ ਐਲਾਨ ਕਰ ਦਿੱਤਾ ਗਿਆ ਕਿ ਛੇਤੀ ਕੈਂਡੀਡੇਟ ਐਲਾਨੇ ਜਾਣਗੇ। ਕਿਸ ਤਰ੍ਹਾਂ ਦਾ ਕ੍ਰਾਈਟੀਰੀਆ ਰੱਖਿਆ ਜਾਂਦਾ ਔਰ ਇਸ ਵਾਰ ਲੋਕ ਸਭਾ ਦੀ ਸੀਟਾਂ 'ਤੇ ਆਮ ਆਦਮੀ ਪਾਰਟੀ ਕਿਹਨਾਂ ਨੂੰ ਕੈਂਡੀਡੇਟ ਬਣਾ ਕੇ ਚੋਣ ਮੈਦਾਨ ਦੇ ਵਿੱਚ ਲਾਉਂਦੀ ਹੋਈ ਨਜ਼ਰ ਆਉਂਦੀ ਹੈ? ਕੈਮਰਾ ਪਰਸਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ, ਖੰਨਾ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਰ ਓਵਰਆਲ ਜਿਹੜੀ ਅਨਾਊਂਸਮੈਂਟ ਹੋਈ ਹੈ ਕਿ ਕੈਂਡੀਡੇਟ ਛੇਤੀ ਐਲਾਨੇ ਜਾਣਗੇ ਪਾਰਟੀ 'ਤੇ? ਦੇਖੋ, ਸਾਡੇ ਸੀਐਮ ਸਾਹਿਬ ਪਹਿਲਾਂ ਵੀ ਅਨਾਊਂਸ ਕਰ ਚੁੱਕੇ ਆ ਅਤੇ ਸਾਡੀ ਪੂਰੀ ਤਿਆਰੀ ਆ। ਅਸੀਂ ਪੌਣੇ 2 ਸਾਲ ਦੇ ਵਿੱਚ ਜੋ ਅਸੀਂ ਵਾਅਦੇ ਕੀਤੇ ਸੀ ਉਹਨਾਂ 'ਚੋਂ ਬਹੁਤੇ ਵਾਅਦੇ ਪੂਰੇ ਕਰ ਦਿੱਤੇ ਆ ਅਤੇ ਲੋਕ ਵੀ ਪੰਜਾਬ ਦੇ ਤਿਆਰ ਬੈਠੇ ਆ। ਸੋ ਜਿਵੇਂ ਸੀਐਮ ਸਾਹਿਬ ਨੇ ਕਿਹਾ, ਰਿਜ਼ਲਟ ਜਿਹੜੇ ਬਹੁਤ ਵਧੀਆ ਆਵਾਂਗੇ ਪਾਰਟੀ ਤੱਕ। ਤੁਹਾਨੂੰ ਕਿਹਾ ਗਿਆ ਕਿ ਚੋਣ ਲੜੋ, ਤੁਸੀਂ ਤਿਆਰ ਹੋ ਸਰ? ਅਸੀਂ ਤਾਂ ਜੀ ਦੇਖੋ ਪਾਰਟੀ ਦੇ ਸਿਪਾਹੀ ਹਾਂ, 2012 ਤੋਂ ਲੱਗੇ ਹੋਏ ਹਾਂ ਜਦੋਂ ਤੋਂ ਪਾਰਟੀ ਬਣੀ ਆ। ਜਿੱਥੇ ਪਾਰਟੀ ਨੇ ਡਿਊਟੀ ਲਾਈ ਆ ਹਮੇਸ਼ਾ ਜਿਹੜੀ ਹੈ ਉਹ ਨਿਭਾਈ ਆ। ਇਹ ਪਾਰਟੀ ਨੇ ਡਿਸਾਈਡ ਕਰਨਾ ਕਿਹਨੂੰ ਕਿੱਥੋਂ ਜਿਹੜਾ ਮੈਦਾਨ ਜਿੱਤਾ। ਅਕਾਲੀ ਦਲ ਦਾ ਗੱਠਜੋੜ ਹੋ ਰਿਹਾ ਸਰ ਮੁੜ ਕੇ? ਮੈਂ ਉਹ ਕਹਿੰਦੇ ਆ ਨਾ ਵੀ ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ, ਨੰਗੋ ਨੰਗ ਇਕੱਠੇ ਹੋਏ ਖੇਡ ਆਈ ਜਾਣ ਕੇ। ਉਹ ਜਿਹੇ ਜਿਹੇ ਭਾਜਪਾ ਵੀ ਪੰਜਾਬ ਜੀਰੋ ਇਹੋ ਜਿਹਾ ਅਕਾਲੀ ਦਲ ਹੈ, ਦੋਨੋਂ ਇਕੱਠੇ ਉਹਨਾਂ ਨਾਲ ਕੋਈ ਫਰਕ ਜਿਹੜਾ ਪੰਜਾਬ ਨੂੰ ਨਹੀਂ ਪੈਣਾ। ਬਿਲਕੁਲ, ਦੇਖੋ ਸਿੱਧੇ ਤੌਰ 'ਤੇ ਇਹਨਾਂ ਨੇ ਵੱਡਾ ਬਿਆਨ ਦਿੱਤਾ, ਸਿੱਧਾ ਤੰਜ ਕੱਸਿਆ ਇੱਥੇ ਬੀਜੇਪੀ ਅਤੇ ਅਕਾਲੀ ਦਲ ਗੱਠਜੋੜ, ਜਿਸ ਦੇ ਬਾਰੇ ਕਿਹਾ ਜਾ ਰਿਹਾ ਕਿ ਛੇਤੀ ਗੱਠਜੋੜ ਹੋਊਗਾ। ਵੇਖਣ ਵਾਲੀ ਗੱਲ ਰਹੇਗੀ, ਕੈਂਡੀਡੇਟ ਐਲਾਨਣ ਦਾ ਇੱਥੋਂ ਐਲਾਨ ਕਰ ਦਿੱਤਾ ਗਿਆ ਕਿ ਛੇਤੀ ਕੈਂਡੀਡੇਟ ਐਲਾਨੇ ਜਾਣਗੇ। ਕਿਸ ਤਰ੍ਹਾਂ ਦਾ ਕ੍ਰਾਈਟੀਰੀਆ ਰੱਖਿਆ ਜਾਂਦਾ ਔਰ ਇਸ ਵਾਰ ਲੋਕ ਸਭਾ ਦੀ ਸੀਟਾਂ 'ਤੇ ਆਮ ਆਦਮੀ ਪਾਰਟੀ ਕਿਹਨਾਂ ਨੂੰ ਕੈਂਡੀਡੇਟ ਬਣਾ ਕੇ ਚੋਣ ਮੈਦਾਨ ਦੇ ਵਿੱਚ ਲਾਉਂਦੀ ਹੋਈ ਨਜ਼ਰ ਆਉਂਦੀ ਹੈ? ਕੈਮਰਾ ਪਰਸਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ, ਖੰਨਾ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਰ ਓਵਰਆਲ ਜਿਹੜੀ ਅਨਾਊਂਸਮੈਂਟ ਹੋਈ ਹੈ ਕਿ ਕੈਂਡੀਡੇਟ ਛੇਤੀ ਐਲਾਨੇ ਜਾਣਗੇ ਪਾਰਟੀ 'ਤੇ? ਦੇਖੋ, ਸਾਡੇ ਸੀਐਮ ਸਾਹਿਬ ਪਹਿਲਾਂ ਵੀ ਅਨਾਊਂਸ ਕਰ ਚੁੱਕੇ ਆ ਅਤੇ ਸਾਡੀ ਪੂਰੀ ਤਿਆਰੀ ਆ। ਅਸੀਂ ਪੌਣੇ 2 ਸਾਲ ਦੇ ਵਿੱਚ ਜੋ ਅਸੀਂ ਵਾਅਦੇ ਕੀਤੇ ਸੀ ਉਹਨਾਂ 'ਚੋਂ ਬਹੁਤੇ ਵਾਅਦੇ ਪੂਰੇ ਕਰ ਦਿੱਤੇ ਆ ਅਤੇ ਲੋਕ ਵੀ ਪੰਜਾਬ ਦੇ ਤਿਆਰ ਬੈਠੇ ਆ। ਸੋ ਜਿਵੇਂ ਸੀਐਮ ਸਾਹਿਬ ਨੇ ਕਿਹਾ, ਰਿਜ਼ਲਟ ਜਿਹੜੇ ਬਹੁਤ ਵਧੀਆ ਆਵਾਂਗੇ ਪਾਰਟੀ ਤੱਕ। ਤੁਹਾਨੂੰ ਕਿਹਾ ਗਿਆ ਕਿ ਚੋਣ ਲੜੋ, ਤੁਸੀਂ ਤਿਆਰ ਹੋ ਸਰ? ਅਸੀਂ ਤਾਂ ਜੀ ਦੇਖੋ ਪਾਰਟੀ ਦੇ ਸਿਪਾਹੀ ਹਾਂ, 2012 ਤੋਂ ਲੱਗੇ ਹੋਏ ਹਾਂ ਜਦੋਂ ਤੋਂ ਪਾਰਟੀ ਬਣੀ ਆ। ਜਿੱਥੇ ਪਾਰਟੀ ਨੇ ਡਿਊਟੀ ਲਾਈ ਆ ਹਮੇਸ਼ਾ ਜਿਹੜੀ ਹੈ ਉਹ ਨਿਭਾਈ ਆ। ਇਹ ਪਾਰਟੀ ਨੇ ਡਿਸਾਈਡ ਕਰਨਾ ਕਿਹਨੂੰ ਕਿੱਥੋਂ ਜਿਹੜਾ ਮੈਦਾਨ ਜਿੱਤਾ। ਅਕਾਲੀ ਦਲ ਦਾ ਗੱਠਜੋੜ ਹੋ ਰਿਹਾ ਸਰ ਮੁੜ ਕੇ? ਮੈਂ ਉਹ ਕਹਿੰਦੇ ਆ ਨਾ ਵੀ ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ, ਨੰਗੋ ਨੰਗ ਇਕੱਠੇ ਹੋਏ ਖੇਡ ਆਈ ਜਾਣ ਕੇ। ਉਹ ਜਿਹੇ ਜਿਹੇ ਭਾਜਪਾ ਵੀ ਪੰਜਾਬ ਜੀਰੋ ਇਹੋ ਜਿਹਾ ਅਕਾਲੀ ਦਲ ਹੈ, ਦੋਨੋਂ ਇਕੱਠੇ ਉਹਨਾਂ ਨਾਲ ਕੋਈ ਫਰਕ ਜਿਹੜਾ ਪੰਜਾਬ ਨੂੰ ਨਹੀਂ ਪੈਣਾ। ਬਿਲਕੁਲ, ਦੇਖੋ ਸਿੱਧੇ ਤੌਰ 'ਤੇ ਇਹਨਾਂ ਨੇ ਵੱਡਾ ਬਿਆਨ ਦਿੱਤਾ, ਸਿੱਧਾ ਤੰਜ ਕੱਸਿਆ ਇੱਥੇ ਬੀਜੇਪੀ ਅਤੇ ਅਕਾਲੀ ਦਲ ਗੱਠਜੋੜ, ਜਿਸ ਦੇ ਬਾਰੇ ਕਿਹਾ ਜਾ ਰਿਹਾ ਕਿ ਛੇਤੀ ਗੱਠਜੋੜ ਹੋਊਗਾ। ਵੇਖਣ ਵਾਲੀ ਗੱਲ ਰਹੇਗੀ, ਕੈਂਡੀਡੇਟ ਐਲਾਨਣ ਦਾ ਇੱਥੋਂ ਐਲਾਨ ਕਰ ਦਿੱਤਾ ਗਿਆ ਕਿ ਛੇਤੀ ਕੈਂਡੀਡੇਟ ਐਲਾਨੇ ਜਾਣਗੇ। ਕਿਸ ਤਰ੍ਹਾਂ ਦਾ ਕ੍ਰਾਈਟੀਰੀਆ ਰੱਖਿਆ ਜਾਂਦਾ ਔਰ ਇਸ ਵਾਰ ਲੋਕ ਸਭਾ ਦੀ ਸੀਟਾਂ 'ਤੇ ਆਮ ਆਦਮੀ ਪਾਰਟੀ ਕਿਹਨਾਂ ਨੂੰ ਕੈਂਡੀਡੇਟ ਬਣਾ ਕੇ ਚੋਣ ਮੈਦਾਨ ਦੇ ਵਿੱਚ ਲਾਉਂਦੀ ਹੋਈ ਨਜ਼ਰ ਆਉਂਦੀ ਹੈ? ਕੈਮਰਾ ਪਰਸਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ, ਖੰਨਾ।